ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਗੱਲ ਕਰਨ ਜਾ ਰਿਹਾ ਸਿੰਗਲ ਸ਼ੌਪ ਦੇ ਤੋਂ ਦੱਸ ਦਿੰਦੇ ਆ ਦੋਸਤੋ 1 ਸਾਲ ਪਹਿਲਾਂ ਸ਼ੁਰੂਆਤ ਕੀਤੀ ਗਈ ਸੀ ਵਹੀ ਰੋਲਿੰਗ ਗਾਣੇ ਤੋਂ ਵਹੀ ਰੋਲਿੰਗ ਗਾਣਾ ਕੱਢਿਆ ਗਿਆ ਸੀ ਪੂਰੇ 1 ਸਾਲ ਪਹਿਲਾਂ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਉਹ ਗਾਣਾ ਉਹਦੀ ਆਡੀਓ ਹੀ ਕੱਢੀ ਗਈ ਸੀ ਆਡੀਓ ਨੇ ਹੀ ਪੂਰੇ ਪਾਸੇ ਗਾ ਪਾਤਾ ਸੀ ਤੁਹਾਨੂੰ ਦੱਸ ਦਿੰਦੇ ਆ ਦੋਸਤੋ ਵਹੀ ਰੋਲਿੰਗ ਗਾਣੇ ਤੋਂ ਬਾਅਦ ਗਾਣਾ ਉਹ ਜ਼ਿਆਦਾ ਵਾਇਰਲ ਹੋਣਾ ਸ਼ੁਰੂ ਹੋਇਆ ਤੇ ਉਹਦੇ 100 ਮਿਲੀਨ ਦੇ ਕਰੀਬ ਵਿਊਜ਼ ਹੋ ਗਏ ਤੇ ਉਸ ਤੋਂ ਬਾਅਦ ਐਲੀਵੇਟਡ ਗਾਣਾ ਕੱਢਿਆ ਗਿਆ ਸੀ ਤੇ ਐਲੀਵੇਟਡ ਤੋਂ ਬਾਅਦ ਦੋਸਤੋ ਵ ਤੰਦਾਜ਼ ਨੇ ਦੋਸਤੋ ਇਹ ਸਾਰੇ ਗਾਣੇ ਪਹਿਲਾਂ ਆਡੀਓ ਰੂਪ ਚ ਕੱਢੇ ਗਏ ਸੀ ਉਸ ਤੋਂ ਬਾਅਦ ਦੋਸਤੋ ਨਾਲ ਦੀ ਵੀਡੀਓ ਕੱਢੀ ਗਈ ਸੀ ਤੁਹਾਨੂੰ ਇਹ ਵੀ ਦੱਸਣਾ ਹੈ ਦੋਸਤੋ ਲਗਭਗ ਸਾਲ ਦੇ ਵਿੱਚ ਵਿੱਚ ਸਾਰੇ ਗਾਣੇ ਕੀਤੇ ਗਏ ਤੇ ਸਾਰੇ ਗਾਣਾ ਜਿਹੜਾ ਸ਼ੋਭ ਨੇ ਕੱਢਿਆ ਉਹ ਫੇਮਸ ਹੋਇਆ ਹੁਣ ਪੰਜਾਬੀ میوزਿਕ ਇੰਡਸਟਰੀ ਦੇ ਵਿੱਚ ਸ਼ੋਭ ਇੱਕ ਛੋਟਾ ਨਾਮ ਨਹੀਂ ਰਿਹਾ ਹੈ ਕਾਫੀ ਜ਼ਿਆਦਾ ਫੇਮਸ ਨਾਮ ਤੇ ਕਾਫੀ ਵੱਡਾ ਨਾਮ ਬਣ ਚੁੱਕਾ ਹੈ ਤੇ ਇਹਦੇ ਜਿਹੜੇ ਪ੍ਰੋਜੈਕਟ ਹੈਗੇ ਨੇ ਕਾਫੀ ਜ਼ਿਆਦਾ ਕੁਆਲਿਟੀ ਪ੍ਰੋਜੈਕਟ ਹੈਗੇ ਨੇ ਲੋਕਾਂ ਦੁਆਰਾ ਕਾਫੀ ਪਸੰਦ ਕੀਤੇ ਜਾਂਦੇ ਨੇ ਜਿਹੜੇ ਵੱਡੀ ਗੱਲ ਹੁਣ ਅਸੀਂ ਕਰਨ ਜਾ ਰਹੇ ਆ ਉਹ ਇਹ ਗੱ ਸਿੱਧੂ ਮੂਸੇਵਾਲੇ ਥਾਂ ਲੈ ਸਕਦਾ ਹੈ ਉਹ ਦੱਸਿਆ ਜਾ ਰਿਹਾ ਸ਼ੋਭ ਨੂੰ ਸ਼ੋਭ ਦੇ ਗਾਣੇ ਬਾਰੇ ਆਪਾਂ ਗੱਲ ਕਰੀਏ ਦੋਸਤੋ ਗਾਣੇ ਦੀ ਕੁਆਲਿਟੀ ਲਿਰਿਕਸ ਬਿਲਕੁਲ ਸਿੱਧੂ ਮੂਸੇਵਾਲੇ ਨਾਲ ਦੇ ਮਿਲਦੇ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਮੋਸਟਲੀ ਫੈਨ ਹੈਗੇ ਸੀ ਉਹ ਇਹ ਮੰਨਦੇ ਨੇ ਕਿ ਸਿੱਧੂ ਮੂਸੇਵਾਲੇ ਦੇ ਵਾਂਗੂ ਹੀ ਸ਼ੋਭ ਜਿਹੜਾ ਗਾਣੇ ਲਿਖਦਾ ਹੈ ਤੇ ਜਿਹੜੀ ਆਵਾਜ਼ ਹੈਗੀ ਆ ਉਹ ਵੀ ਸਿੱਧੂ ਮੂਸੇਵਾਲੇ ਨਾਲ ਦੋਸਤੋ ਰਲਦੀ ਮਿਲਦੀ ਆ ਜਿਵੇਂ ਕਿ ਅੰਦਾਜ਼ੇ ਜਿਵੇਂ ਦੇ ਗਾਣੇ ਸ਼ਬਦ ਦੇ ਹੈਗੇ ਨੇ ਉਵੇਂ ਦੇ ਹੀ ਗਾਣੇ ਅਲੱਗ ਤਰ੍ਹਾਂ ਦੇ ਜਨਰ ਦੇ ਜਿਹੜੇ ਗਾਣੇ ਗਾਉਂਦਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦੇ ਫੈਨਸ ਬਿਲਕੁਲ ਕਨਵਿੰਸ ਨੇ ਕਿ ਜਿਹੜਾ ਸ਼ੋਬਾ ਹੈਗਾ ਉਹ ਪੰਜਾਬੀ 뮤직 ਇੰਡਸਟਰੀ ਦਾ ਫਿਊਚਰ ਹੈ ਸਿੱਧੂ ਮੂਸੇਵਾਲਾ ਦੀ ਖਰੀਦ ਤੌਰ ਜਣਾ ਪੰਜਾਬੀ 뮤직 ਇੰਡਸਟਰੀ ਵੇ ਸਭ ਤੋਂ ਵੱਡਾ ਘਾਟਾ ਜੋ ਪੂਰਾ ਨਹੀਂ ਹੋ ਸਕਦਾ ਲੇਕਿਨ ਸ਼ੋਬ ਜਿਹੜਾ ਹੈਗਾ ਉਹ ਇੱਕ ਕਮਿਊਨਿਟੀ ਨੂੰ ਕਿਤਨਾ ਕਿਤੇ ਪੂਰਾ ਕਰ ਸਕਦਾ